ਲਓ ਜੀ, ਅੱਜ ਆਪਾਂ ਨਾਨੀ ਦਾ ਟੇਸਟੀ ਖਾਣਾ ਚੈਨਲ 'ਤੇ ਬਣਾਵਾਂਗੇ ਗੁਆਰੇ ਦੀਆਂ ਫਲੀਆਂ, ਉਹ ਵੀ ਬਿਨਾਂ ਆਲੂ ਤੋਂ। ਬਹੁਤ ਹੀ ਚਟਪਟੀਆਂ ਅਤੇ ਟੇਸਟੀ ਬਣਨਗੀਆਂ। ਤੁਸੀਂ ਕੀ ਕਰਨਾ, ਇੱਕ ਪੈਨ 'ਚ ਜਿਹੜਾ ਹੈਗਾ ਓਇਲ ਸਰੋਂ ਦਾ ਗਰਮ ਕਰ ਲੈਣਾ ਹੈ, ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਪਾ ਦੇਣਾ ਤੁਸੀਂ ਜੀਰਾ, ਥੋੜ੍ਹੀ ਜਿਹੀ ਪਾ ਦੇਣੀ ਹੈ ਹਿੰਗ। ਜਿਹੜੀ ਹਿੰਗ ਹੈਗੀ ਇਹਦੇ ਨਾਲ ਹਾਜ਼ਮਾ ਦਰੁਸਤ ਰਹਿੰਦਾ ਹੈ, ਸੋ ਇਹ ਤੁਹਾਡੇ ਲਈ ਕਾਫੀ ਅੱਛੀ ਹੈ। ਜੀਰਾ ਅਗੇਨ ਤੁਹਾਡੀ ਹੈਲਥ ਦੇ ਲਈ, ਗੱਟ ਹੈਲਥ ਦੇ ਲਈ ਕਾਫੀ ਵਧੀਆ ਰਹਿੰਦਾ ਹੈ। ਸੋ ਇਹਨੂੰ ਅੱਛੇ ਤਰੀਕੇ ਨਾਲ ਭੁੰਨਣ ਤੋਂ ਬਾਅਦ ਇਹ 'ਚ ਲਸਣ ਪਾ ਦੇਣਾ ਹੈ। ਗਾਰਲਿਕ ਜਿਹੜਾ ਤੁਹਾਡੀ ਗੱਟ ਹੈਲਥ ਲਈ ਅੱਛਾ ਹੈ, ਤੁਹਾਡੇ ਓਵਰਆਲ ਡਾਈਜੈਸ਼ਨ ਨੂੰ ਇੰਪਰੂਵ ਕਰਦਾ ਹੈ, ਫੈਟ ਲੋਸ 'ਚ ਵੀ ਤੁਹਾਡੀ ਮਦਦ ਕਰਦਾ ਹੈ। ਸੋ ਗਾਰਲਿਕ ਦੇ ਆਪਣੇ ਹੀ ਫਾਇਦੇ ਨੇ, ਅਤੇ ਨਾਲ ਇਹਦੇ ਨਾਲ ਫਲੇਵਰ ਅੱਛਾ ਆਉਂਦਾ। ਹੁਣ ਆਪਾਂ ਪਾ ਦਿੱਤੀ ਹੈ ਕਾਲੀ ਮਿਰਚ ਕੁੱਟੀ ਵੀ, ਥੋੜ੍ਹੀ ਜਿਹੀ ਪਾ ਦਿੱਤੀਆਂ ਆਪਾਂ ਹਰੀਆਂ ਮਿਰਚਾਂ, ਇਹ ਜ਼ਿਆਦਾ ਕੌੜੀਆਂ ਨਹੀਂ ਹੁੰਦੀਆਂ, ਸੋ ਇਹ ਆਪਾਂ ਆਪਦੀ ਟੇਸਟ ਦੇ ਅਕੋਰਡਿੰਗਲੀ ਪਾ ਸਕਦੇ ਹਾਂ। ਥੋੜ੍ਹਾ ਜਿਹਾ ਪਿਆਜ਼ ਪਾ ਦੇਣਾ, ਅਤੇ ਪਿਆਜ਼ ਨੂੰ ਥੋੜ੍ਹਾ ਜਿਹਾ ਸੌਟੇ ਕਰਨ ਤੋਂ ਬਾਅਦ 30% ਆਪਾਂ ਇਹ 'ਚ ਟਮਾਟਰ ਪਾ ਦੇਣਾ, ਨਾਲ ਹੀ ਨਮਕ ਪਾ ਦੇਣਾ, ਸੋ ਦੈਟ ਕਿ ਰਸ ਭਰਿਆ ਜਾਂ ਬਣ ਜਾਏ। ਉਸ ਤੋਂ ਬਾਅਦ ਇਹਨੂੰ ਥੋੜ੍ਹਾ ਜਿਹਾ ਪਕਾ ਕੇ ਤੁਸੀਂ ਫਲੀਆਂ ਦੇ ਨਾਲ ਲੂਣ ਮਿਰਚ ਪਾ ਕੇ, ਫਲੀਆਂ ਆਪਣੀਆਂ ਤਿਆਰ ਨੇ।